ਹੈਲੋ ਸਟੂਡੈਂਟਸ ਅਸੀਂ ਕਰ ਰਹੇ ਹਾਂ ਕਲਾਸ 10th ਚੈਪਟਰ ਹੈ ਸਾਡਾ 10th ਚੱਲ ਰਿਹਾ ਸਰਕਲ ਐਕਸਰਸਾਈਜ਼ 10.2 ਜਿਸ ਦਾ ਕੁਐਸਚਨ ਹੈ ਸਾਡੇ ਕੋਲ 11th ਸੋ so 11th ਕੁਐਸਚਨ ਸਾਨੂੰ ਕਿਹਾ ਗਿਆ ਹੈ ਸਿੱਧ ਕਰੋ ਕਿ ਸੋ ਟੂ ਪ੍ਰੂਵ ਕਿ ਚੱਕਰ ਦੇ ਬਾਹਰਲੇ ਪਾਸਿਆਂ ਨੂੰ ਸ਼ੁੰਦਾ ਸਮਾਂਤਰ ਚਤੁਰਭੁਜ ਸੋ ਚੱਕਰ ਦੇ ਜਿੰਨੇ ਵੀ ਬਾਹਰ ਪੁਆਇੰਟ ਆਫ ਕੰਟੈਕਟ ਬਣ ਰਹੇ ਹਨ ਉਹਨਾਂ ਨੂੰ ਟੱਚ ਕਰਦਾ ਹੋਇਆ ਇੱਕ ਸਾਡੇ ਕੋਲ ਸਮਾਂਤਰ ਚਤੁਰਭੁਜ ਜਿਸ ਨੂੰ ਅਸੀਂ ਕਹਿੰਦੇ ਹਾਂ ਪੈਰਲੋਗ੍ਰਾਮ बन ਰਿਹਾ ਹੈ ਠੀਕ ਹੈ ਤਾਂ ਅਸੀਂ ਸਿੱਧ ਕਰਨਾ ਕਿ ਜਿਹੜਾ ਪੈਰਲੋਗ੍ਰਾਮ ਹੈ ਜਾਂ ਸਮਾਨਤਰ ਚਤਰਪੁਜਾ ਹੈ ਉਹ ਸਾਡੇ ਕੋਲ ਇੱਕ ਸਮ ਚਤਰਪੁਜਾ ਹੈ ਮਤਲਬ ਇੱਕ ਸਾਡੇ ਕੋਲ ਰੋਮਬਸ ਹੈ ਸੋ ਕਿਸ ਤਰ੍ਹਾਂ ਸਿੱਧ ਕਰਨਾ ਹੈ ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਇੱਕ ਚੱਕਰ ਦੀ ਸੋ ਕਿਉਂ ਨਾ ਅਸੀਂ ਪਹਿਲਾਂ ਇੱਕ ਚੱਕਰ ਬਣਾ ਲਈਏ ਸੋ ਇਹ ਸਾਡੇ ਕੋਲ ਬਣ ਰਿਹਾ ਹੈ ਇੱਕ ਸਰਕਲ ਜਿਸ ਦਾ ਕੇਂਦਰ ਹੈ ਸਾਡੇ ਕੋਲ O ਸੋ ਇਸ ਦੇ ਉੱਪਰ ਸਾਡੇ ਕੋਲ ਹੁਣ ਕੀ ਬਣਾਣਾ ਬਾਹਰਲੇ ਪਾਸੇ ਛੂੰਦਾ ਹੋਇਆ ਸਮਾਂਤਰ ਚਤਰਪੁਜਾ ਅਸੀਂ ਸਮਾਂਤਰ ਚਤਰਪੁਜ ਬਣਾਉਨੇ ਆ ਅਸੀਂ ਇਹ ਹੋ ਗਈ ਇੱਕ ਸਾਡੇ ਕੋਲ ਲਾਈਨ ਦੂਸਰੀ ਹੋ ਗਈ ਸਾਡੇ ਕੋਲ ਇਹ ਦੂਸਰੀ ਹੋ ਗਈ ਫਿਰ ਸਾਡੇ ਕੋਲ ਇਸ ਤਰ੍ਹਾਂ ਇੱਕ ਰੇਖਾ ਇਹ ਬਣਦੀ ਹੈ ਅਤੇ ਦੂਸਰੀ ਸਾਡੇ ਕੋਲ ਇਹ ਬਣਦੀ ਹੈ ਸੋ ਇਹ ਦਾ ਨਾਮ ਰੱਖਦੇ ਆ ਅਸੀਂ A B C ਅਤੇ D ਹੁਣ ਇਹ ਜਿਹੜਾ ABCD ਹੈ ਸਾਡੇ ਕੋਲ ਇਹ ਸਾਡੇ ਕੋਲ ਇੱਕ ਸਮਾਂਤਰ ਚਤਰਪੁਜ ਬਣਦੀ ਹੈ ਸੋ ਸਮਾਂਤਰ ਚਤਰ ਕੋਈ ਦੇ ਵਿੱਚ ਸਾਡੇ ਕੋਲ ਓਪੋਜ਼ਿਟ ਸਾਈਡ ਜਿਹੜੀਆਂ ਕਿ ਹੁੰਦੀਆਂ ਹਨ ਪੈਰਲਲ ਹੁੰਦੀਆਂ ਹਨ ਅਤੇ ਬਰਾਬਰ ਹੁੰਦੀਆਂ ਹਨ ਸੋ ਸਭ ਤੋਂ ਪਹਿਲਾਂ ਅਸੀਂ ਲਿਖ ਲਈਏ ਇੱਕ O ਕੇਂਦਰ ਵਾਲਾ ਚੱਕਰ ਬਣਾਓ ਉਸ ਤੋਂ ਬਾਅਦ ਅਸੀਂ ਕੀਤਾ AB bc cd ਅਤੇ ad ਕੀ ਹਾਲ ਸਾਡੇ ਕੋਲ ਸਪਰਸ਼ ਵਿਖਾਵਾ ਸੋ ਸਾਡੇ ਕੋਲ ਇਹ ਟੈਂਜੈਂਟਸ ਹਨ ਠੀਕ ਹੈ ਹੁਣ ਇਹ ਟੈਂਜੈਂਟਸ ਜਿਹੜੀਆਂ ਚਾਰ ਪੁਆਇੰਟਸ ਤੇ ਕੱਟ ਰਹੀਆਂ ਹਨ ਸੋ ਸਾਡੇ ਕੋਲ ਜਿਹੜੇ ਚਾਰ ਪੁਆਇੰਟਸ ਹਨ ਕਿਹੜੇ ਹਨ ਸਾਡੇ ਕੋਲ ਇੱਕ ਪੁਆਇੰਟ ਤਾਂ ਇਹ ਆ ਗਿਆ ਸਾਡੇ ਕੋਲ p ਦੂਸਰਾ ਸਾਡੇ ਕੋਲ ਆ ਗਿਆ ਇੱਥੇ q ਤੀਸਰਾ ਆ ਗਿਆ ਸਾਡੇ ਕੋਲ ਇੱਥੇ r ਤੇ ਚੌਥਾ ਆ ਗਿਆ ਸਾਡੇ ਕੋਲ ਇੱਥੇ s ਹੁਣ ਅਸੀਂ ਇਹ ਲਿਖ ਲੈਂਦੇ ਹਾਂ ਸਾਡੇ ਕੋਲ ਸਪਰਸ਼ ਬਿੰਦੂ ਕਿਹੜੀ ਕਿਹਨੇ ਸਾਡੇ ਕੋਲ AB ਤੇ P BC ਤੇ Q CD ਤੇ R ਅਤੇ AD ਤੇ S ਇਹ ਸਾਡੇ ਕੋਲ ਇਸ ਤਰ੍ਹਾਂ ಸ್ಪರ್ಶ ਬਿੰਦੂ ਜਾਂ ਜਿਨ੍ਹਾਂ ਨੂੰ ਅਸੀਂ ਪੁਆਇੰਟ ਆਫ ਕੰਟੈਕਟ ਕਹਦੇ ਆ ਤਾਂ ਸਾਡੇ ਕੋਲ ਉਹ ਬਣ ਰਹੇ ਹਨ ਹੁਣ ਧਿਆਨ ਨਾਲ ਸਮਝੋ ਕਿ ਇਹ ਜੋ ABCD ਹੈ ਇਸ ਨੂੰ ਪੈਰਲੋਗ੍ਰਾਮ ਕਿਹਾ ਗਿਆ ਹੈ ਤੇ ਅਸੀਂ ਦੱਸਣਾ ਹੈ ਕਿ ਰੋਮਬਸ ਹੈ ਸੋ ਸਮਚਤਤਰਪੁਜ ਕੀ ਹੁੰਦੀ ਹੈ ਜਿਸ ਦੀਆਂ ਓਪੋਜ਼ਿਟ ਸਾਈਡਾਂ ਦਾ ਪੇਅਰ ਹੁੰਦਾ ਹੈ ਉਹ ਪੈਰਲਲ ਹੁੰਦਾ ਹੈ ਸਮਾਨਚਤਤਰਪੁਜ ਦੇ ਵਿੱਚ ਸਾਡੇ ਕੋਲ ਚਾਰੋਂ ਹੀ ਸਾਈਡ ਜਿਹੜੀਆਂ ਉਹ ਬਰਾਬਰ ਹੁੰਦੀਆਂ ਹਨ ਇਸ ਦੇ ਜਿਹੜੇ ਵਿਕਰਣ ਨੇ ਸਾਡੇ ਕੋਲ 90 ਡਿਗਰੀ ਤੇ ਨਹੀਂ ਕੱਟਦੇ ਤੇ ਸਾਡੇ ਕੋਲ ਸਮਚਤਤਰਪੁਜ ਦੇ ਜਿਹੜੇ ਵਿਕਰਣ ਨੇ ਉਹ 90 ਡਿਗਰੀ ਤੇ ਇੰਟਰਸੈਕਟ ਕਰਦੇ ਹਨ ਜਾਂ ਕੱਟਦੇ ਹਨ ਹੁਣ ਅਸੀਂ ਕੀ ਲਿਖਦੇ ਹਾਂ ਕਿ ਦੇਖੋ ਇਹ ਸਾਡੇ ਕੋਲ ਜੋ ਸਪਾਰਸ਼ ਰਖਾਵਾ ਹਨ ਸਾਡੀਆਂ AB BC CD ਅਤੇ AD ਜਿਸ ਦੇ ਵਿੱਚ ਅਸੀਂ ਲਿਖਦੇ ਹਾਂ ਕਿ AP ਸੋ ਦੇਖੋ ਇਹ AP ਜਿਹੜੀ ਹੈ ਸਾਡੇ ਕੋਲ ਬਰਾਬਰ ਹੈ AS ਦੇ ਕਲੀਅਰ ਸੋ ਇਹ ਕਿਉਂ ਸਾਡੇ ਕੋਲ ਬਰਾਬਰ ਹੈ A ਤੋਂ स्पर्ਸ਼ ਰੇਖਾ માં ਇਹ ਦੋਵੇਂ ਸਾਡੇ ਕੋਲ स्पर्ਸ਼ ਰੇਖਾ માં ਆਈਆਂ ਕਿੱਥੋਂ ਬਣੀਆਂ ਨੇ A ਤੋਂ ਤੇ ਇਹ ਸਾਡੇ ਕੋਲ ਸਾਰਾ ਕੁਝ ਚੱਲੇਗਾ ਸਾਡੀ ਜਿਹੜੀ ਥਿਊਰਮ ਹੈ 3.2 ਦੇ ਸੌਰੀ ਕਿ ਚੱਕਰ ਦੇ ਕਿਸੇ ਵੀ ਬਾਹਰੀ ਬਿੰਦੂ ਤੋਂ ਸਪਰਸ਼ ਰੇਖਾ ਖਿੱਚੀ ਜਾਵੇ ਤਾਂ ਉਹ ਸਾਡੇ ਕੋ ਬਰਾਬਰ ਹੁੰਦੀਆਂ ਹਨ ਜਿਸ ਤਰ੍ਹਾਂ ਇਹ ਚੱਕਰ ਦਾ ਬਾਹਰੀ ਬਿੰਦੂ ਹੈ ਸਾਡਾ A ਇਸ ਤੋਂ ਸਪਰਸ਼ ਰੇਖਾ ਇੱਕ AS ਬਣਾਈ ਅਤੇ ਇੱਕ ਅਸੀਂ AP ਬਣਾਈ ਤੇ ਇਹ ਦੋਵੇਂ ਸਾਡੇ ਕੋ ਆਪਸ ਚ ਕੀ ਹੋਣਗੀਆਂ ਬਰਾਬਰ ਹੋਣਗੀਆਂ ਸੋ ਇਸ ਤਰ੍ਹਾਂ ਹੀ ਸਾਡੇ ਕੋਲ ਫਿਰ ਆਏਗਾ CR ਬਰਾਬਰ ਹੋਏਗਾ ਸਾਡੇ ਕੋਲ CQ A ਸਾਡੇ ਕੋਲ C ਤੋਂ ਸਪਰਸ਼ ਰੇਖਾ ਹਨ ਫਿਰ ਸਾਡੇ ਕੋਲ ਆਉਂਦਾ ਹੈ b p is equal to b ਕਿਉਂ ਸੋ ਸਾਡੇ ਕੋਲ ਹੈ b ਤੋਂ ਸਪਰਸ਼ ਰೇಖਾਵਾਂ ਸੋ ਫਿਰ ਸਾਡੇ ਕੋਲ ਆ ਗਿਆ dr is equal to ds ਸੋ ਇਹ ਸਾਡੇ ਕੋਲ ਸਪਰਸ਼ ਰೇಖਾਵਾਂ d ਤੋਂ ਹਨ b ਤੋਂ ਸਪਰਸ਼ ਰೇಖਾਵਾਂ ਹੁਣ ਸਾਡੇ ਕੋਲ ਚਾਰ ਇਕੁਏਸ਼ਨ ਬਣ ਜਾਂਦੀਆਂ ਹਨ ਜਿਨ੍ਹਾਂ ਦੇ ਅਸੀਂ ਨਾਮ ਰੱਖਦੇ ਹਾਂ 1 ਕੁਐਸ਼ਨ 2 3 ਅਤੇ 4 ਸੋ ਐਡ ਕਰਦੇ ਹਾਂ 1 2 3 4 ਸੋ ਇਸ ਦੇ ਬਾਰੇ ਤੁਹਾਨੂੰ ਕੋਈ ਡਰਾਂ ਦੀ ਲੋੜ ਨਹੀਂ ਹੈ ਤੁਹਾਨੂੰ ਮੈਂ ਸਮਝਾ ਦੇਣਾ ਹੈ ਕਿ ਕਿਸ ਤਰ੍ਹਾਂ ਤੁਸੀਂ ਇਹ ਸਾਈਡ ਜਿਹੜੀਆਂ ਉਹ ਲਿਖ ਕੇ ਚੱਲਣਾ ਹੈ ਸੋ ਸਭ ਤੋਂ ਪਹਿਲਾਂ ਅਸੀਂ ਲਿਖਦੇ ਹਾਂ AP CR BP ਸਾਡੇ ਕੋ ਆ ਗਿਆ DR AS CQ BQ DS ਸੋ ਹੁਣ ਤੁਹਾਨੂੰ ਮੈਂ ਇਹ ਦੱਸਣਾ ਹੈ ਕਿ ਅਸੀਂ ਇਹ ਸਾਈਡਸ ਕਿਸ ਤਰ੍ਹਾਂ ਲਿਖਣੀਆਂ ਹਨ ਤਹਾਡਾ ਜਿਹੜਾ ਡਾਊਟ ਹੈ ਜਾਂ ਕਨਫਿਊਜ਼ਨ ਹੈ ਕਲ ਦੂਰ ਕਰ ਦਾਂਗਾ ਸੋ ਦੇਖੋ ਏਪੀ ਦੇ ਨਾਲ ਕੀ ਪਈ ਹੈ ਪੀਬੀ ਧਿਆਨ ਰੱਖਣਾ ਹੈ ਕਿ ਸਾਡੇ ਕੋਲ ਪਹਿਲਾਂ ਤਾਂ ਇਹ ਦੋਵੇਂ ਬਰਾਬਰ ਹਨ ਸਾਡੇ ਕੋਲ ਅਸੀਂ ਏਪੀ ਇਕੁਅਲ ਟੂ ਏਐਸ ਲਿਖਤੀ ਕਲੀਅਰ ਉਸ ਤੋਂ ਬਾਅਦ ਏਪੀ ਦੇ ਨਾਲ ਦੇਖੋ ਪੀ ਕੀ ਪਈ ਹੈ ਪੀਬੀ ਪਿਆ ਨਾ ਤਾਂ ਅਸੀਂ ਪੀਬੀ ਨੂੰ ਜਾਂ ਬੀਪੀ ਨੂੰ ਇਸ ਸਾਈਡ ਤੇ ਰੱਖਣਾ ਹੈ ਏਪੀ ਦੇ ਸਾਈਡ ਤੇ ਜਿਹੜੀ ਸਾਈਡ ਇਸ ਦੇ ਨਾਲ ਪਈ ਹੈ ਅਸੀਂ ਇਸ ਲਈ ਲਿਖਿਆ ਬੀਪੀ ਇਕੁਅਲ ਟੂ ਕਰਤਾ ਬੀਕਿਊ ਸੋ ਇਹ ਬਰਾਬਰ ਹੋ ਗਿਆ ਸਾਡੇ ਕੋਲ ਫਿਰ ਦੇਖੋ BQ ਦੇ ਨਾਲ ਕੀ ਪਿਆ ਹੈ CQ ਹੁਣ BQ ਦੀ ਸਾਈਡ ਤੇ CQ ਹੋਏਗਾ ਤੇ CQ ਦੇ ਨਾਲ ਸਾਡੇ ਕੋਲ ਕੀ ਕਿਹੜੀ ਸਾਈਡ ਬਰਾਬਰ ਹੈ ਇਹ ਵਾਲੀ ਬਰਾਬਰ ਹੈ ਸਾਡੇ ਕੋਲ RC ਹੁਣ CQ ਕਿਹੜੀ ਸਾਈਡ ਤੇ ਆਣੀ ਹੈ BQ ਸਾਈਡ ਤੇ ਇਹ ਹੈ BQ ਇਧਰ ਆ ਗਈ CQ ਤੇ ਦੂਜੀ ਸਾਈਡ ਕੀ ਹੋ ਗਈ CR ਹੁਣ CR ਦੇ ਨਾਲ ਕੀ ਪਿਆ ਹੈ DR ਹੁਣ DR ਜਿਹੜੀ ਸਾਡੇ ਕੋਲ CR ਦੀ ਸਾਈਡ ਆਏਗੀ CR ਦੀ ਸਾਈਡ ਤੇ DR ਆ ਗਿਆ ਤੇ ਦੂਜੀ ਸਾਈਡ ਤੇ DS ਆ ਗਿਆ ਤੇ ਇਹ ਵੀ ਸਾਡੇ ਕੋਲ ਸਾਰੀਆਂ ਜਿਹੜੀਆਂ ਆ ਦੋਵੇਂ ਸਾਈਡ ਸਾਡੇ ਕੋਲ ਜਿਹੜੀਆਂ ਕਿ ਬਰਾਬਰ ਹਨ ਸੋ ਜੇਕਰ ਤੁਹਾਡੇ ਕੋਲ ਥੋੜਾ ਮਿਸਟੇਕ ਵੀ ਹੋ ਜਾਂਦੀ ਹੈ ਤਾਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਇਹ ਦੋਵੇਂ ਸਾਈਡ ਜਿਹੜੀਆਂ ਨੇ ਇੱਕ ਪਾਸੇ ਹੋਣੀਆਂ ਚਾਹੀਦੀਆਂ ਹਨ ਇਹ ਦੋਵੇਂ ਸਾਈਡਸ ਇੱਕ ਸਾਈਡ ਤੇ ਮਤਲਬ ਕਿ ਇਹ ਦੋਵੇਂ ਸਾਈਡ ਸਾਡੀ ਕੋ ਇੱਕ ਦੂਸਰੇ ਦੇ ਇੱਕ ਸਾਈਡ ਤੇ ਹੀ ਪਈਆਂ ਹੋਣੀਆਂ ਚਾਹੀਦੀਆਂ ਹਨ ਇਸ ਤਰ੍ਹਾਂ ਹੀ ਇਹ ਦੋਵੇਂ ਸਾਡੀ ਕੋ ਓਪੋਜ਼ਿਟ ਸਾਈਡ ਨਹੀਂ ਹੈ ਇੱਕ ਸਾਈਡ ਤੇ ਪਈਆਂ ਹੋਣੀਆਂ ਚਾਹੀਦੀਆਂ ਹਨ ਸੋ ਹੁਣ ਦੇਖੋ AP ਦੇ ਵਿੱਚ ਅਸੀਂ ਕੀ ਜੋੜੀਏ BP ਸੋ ਅਸੀਂ ਲਿਖਦੇ ਹਾਂ AP ਪਲੱਸ ਕਰਦੇ ਹਾਂ ਅਸੀਂ BP ਪਲੱਸ ਲਿਖਿਆ ਸੀ ਆਰ ਪਲੱਸ ਲਿਖਿਆ ਸੀ ਡੀ ਆਰ ਬਰਾਬਰ ਆ ਗਿਆ ਸਾਡੇ ਕੋਲ ਏ ਐਸ ਪਲੱਸ ਅਸੀਂ ਏ ਐਸ ਚ ਕੀ ਜੋੜਾਂਗੇ ਡੀ ਐਸ ਪਲੱਸ ਸਾਡੇ ਕੋਲ ਆ ਗਿਆ ਸੀ ਕਿਉ ਪਲੱਸ ਅਸੀਂ ਲਿਖਦੇ ਹਾਂ ਬੀ ਕਿਉ ਸੋ ਇਹਨਾਂ ਦੋਵਾਂ ਨੂੰ ਜੋੜਿਆ ਸਾਡੇ ਕੋਲ ਬਣ ਗਈ ਪੂਰੀ ਏ ਬੀ ਸੋ ਇਹਨਾਂ ਦੋਵਾਂ ਨੂੰ ਜੋੜਿਆ ਸਾਡੇ ਕੋਲ ਪੂਰਾ ਬਣ ਗਿਆ ਸੀ ਡੀ ਇਸ ਇਕੁਅਲ ਟੂ ਇਹਨਾਂ ਦੋਵਾਂ ਨੂੰ ਜੋੜਿਆ ਸਾਡੇ ਕੋਲ ਆ ਗਿਆ ਏ ਡੀ ਪਲੱਸ ਇਹਨਾਂ ਦੋਵਾਂ ਨੂੰ ਜੋੜਿਆ ਤਾਂ ਸਾਡੇ ਕੋਲ ਆ ਗਿਆ ਬੀ ਸੀ ਹੁਣ ਇਸ ਤੋਂ ਬਾਅਦ ਅਸੀਂ ਥੋੜਾ ਜਿਹਾ ਆਪਣੇ ਸਮਾਨਤਰ ਚਤੁਰਭੁਜ ਪੈਰਲੋਗ੍ਰਾਮ ਤੇ ਆ ਜਾਈਏ ਜੋ ਸਾਡੇ ਕੋਲ ਇਸ ਤਰ੍ਹਾਂ ਬਣ ਰਿਹਾ ਹੈ A B C D ਜਿਹੜਾ ਪੈਰਲੋਗ੍ਰਾਮ ਹੁੰਦਾ ਹੈ ਇਸ ਦੀ ਓਪੋਜ਼ਿਟ ਸਾਈਡ ਸਾਡੇ ਕੋਲ ਪੈਰਲਲ ਹੁੰਦੀਆਂ ਹਨ ਅਤੇ ਇਕੁਅਲ ਹੁੰਦੀਆਂ ਹਨ ਠੀਕ ਹੈ ਸੋ ਇਸ ਤਰ੍ਹਾਂ ਇਹ ਬਰਾਬਰ ਹਨ ਇੱਕ ਦੂਸਰੇ ਦੇ ਇਹ ਦੋਵੇਂ ਬਰਾਬਰ ਹੋਣਗੀਆਂ ਦੋਵੇਂ ਬਰਾਬਰ ਹੋਣਗੀਆਂ ਤੇ ਰੋਮਬਸ ਦੇ ਵਿੱਚ ਚਾਰੇ ਹੀ ਬਰਾਬਰ ਜਿਹੜੀਆਂ ਹੋਣਗੀਆਂ ਇਕੁਅਲ ਹੋਣਗੀਆਂ ਸੋ ਇਹਦਾ ਮਤਲਬ ਸਾਡੇ ਕੋਲ ਏਬੀ ਹੈ ਬਰਾਬਰ ਕਿਹਦੇ ਆ ਸੀਡੀ ਦੇ ਅਤੇ ਜੋ ਸਾਡੇ ਕੋਲ ਏਡੀ ਹੈ ਉਹ ਕਿਹਦੇ ਬਰਾਬਰ ਹੈ ਬੀਸੀ ਦੇ ਸੋ ਇਸ ਨੂੰ ਅਸੀਂ ਇਕੁਏਸ਼ਨ ਮੰਨਦੇ ਹਾਂ ਸਟਾਰ ਸੋ ਇੱਥੇ ਅਸੀਂ ਲਿਖਦੇ ਹਾਂ ਫ੍ਰੋਮ ਸਟਾਰ ਸਟਾਰ ਤੋਂ ਅਸੀਂ ਲੈਨੇ ਆ ਕਿ ਏਬੀ ਕਿਹਦੇ ਬਰਾਬਰ ਹੈ ਸਾਡੇ ਕੋਲ ਦੇਖੋ ਸੀਡੀ ਦੇ ਸੀਡੀ ਬਰਾਬਰ ਹੈ ਏਬੀ ਦੇ ਅਸੀਂ ਲਿਖਦੇ ਹਾਂ ਏਬੀ ਪਲੱਸ ਇਸ ਦੀ ਜਗ੍ਹਾ ਤੇ ਵੀ ਅਸੀਂ ਲਿਖਤਾ ਏਬੀ ਬਰਾਬਰ ਸਾਡੇ ਕੋਲ ਆ ਗਿਆ ਬੀਸੀ ਪਲੱਸ ਬੀਸੀ ਸੋ ਇਸ ਦੀ ਜਗ੍ਹਾ ਤੇ ਅਸੀਂ ਬੀਸੀ ਕਰਤਾ ਸਾਡੇ ਕੋਲ ਹੋ ਗਿਆ 2ab 2bc ਸੋ ਦੋਨਾਂ ਦੋ ਕੈਨਸਲ ਹੋ ਗਿਆ ab ਬਰਾਬਰ ਕੀ ਦੇ ਅੱਗੇ ਸਾਡੇ ਕੋਲ bc ਦੇ ਧਿਆਨ ਨਾਲ ਸਮਝੋ ਕਿ ab ਕੀ ਦੇ ਬਰਾਬਰ ਹੈ pc ਦੇ ਕਲੀਅਰ ਸੋ ਫਿਰ ਅਗੇਨ ਅਸੀਂ ਇਸ ਸਟਾਰ ਦੀ ਹੀ ਗੱਲ ਕਰਾਂਗੇ ਇਕੁਏਸ਼ਨ ਸਟਾਰ ਦੀ ਜਿਸ ਤੇ ਸਾਡੇ ਕੋਲ ਹੈ ਜੋ ab ਹੈ ਉਹ ਬਰਾਬਰ ਹੈ ਸਾਡੇ ਕੋਲ cd ਦੇ ਤੋ ਜਿਹੜਾ ਹੁਣ AB ਬਰਾਬਰ ਆ ਗਿਆ ਸਾਡੇ ਕੋਲ ਦੇਖੋ ਅਸੀਂ ਸਿੱਧ ਕੀਤਾ AB ਬਰਾਬਰ ਹੈ BC ਠੀਕ ਹੈ A ਕੀ ਹੈ ਸਾਡਾ ਸਿੱਧ ਕੀਤਾ ਇਸ ਲਈ AB ਬਰਾਬਰ BC ਬਰਾਬਰ CD ਅਤੇ CD ਬਰਾਬਰ ਕਿਹਦੇ ਹੈ AB ਦੇ ਅਤੇ BC ਬਰਾਬਰ ਕਿਹਦੇ ਹੈ ਸਾਡੇ ਕੋਲ AD ਦੇ ਸੋ ਇਸ ਲਈ BC AB ਸਾਡੇ ਕੋਲ ਕਿਹਦੇ ਬਰਾਬਰ ਹੋ ਗਿਆ AD ਦੇ ਤੇ ਚਾਰੇ ਸਾਈਡ ਸਾਡੇ ਕੋਲ ਜਿਹੜੀਆਂ ਉਹ ਬਰਾਬਰ ਆ ਜਾਂਦੀਆਂ ਹਨ ਜਿਸ ਦੇ ਨਾਲ ਸਾਡੇ ਕੋਲ ए बी सी डी ਇੱਕ ਸਮਚਤ੍ਰਪੂਜ ਬਣਦੀ ਹੈ ਬਣਦੀ ਹੈ ਸੋ ਏਸੀ ਸਾਡਾ ਕੁਐਸਚਨ ਨੰਬਰ 11th ਸੋ ਉਮੀਦ ਕਰਦਾ ਕਿਹੜਾ ਕੁਐਸਚਨ ਹੈ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਸੋ ਜੇ ਵਧੀਆ ਲੱਗਾ ਹੈ ਤਾਂ ਲਾਈਕ ਜਰੂਰ ਕਰੋ ਅਤੇ ਦੂਸਰੇ ਬੱਚਿਆਂ ਤੱਕ ਸ਼ੇਅਰ ਜਰੂਰ ਕਰਨਾ ਹੈ ਸੋ थैंक यू ਮਿਲਦੇ ਆ ਨੈਕਸਟ ਕਲਾਸ ਵਿੱਚ ਨੈਕਸਟ ਕੁਐਸਚਨ ਦੇ ਨਾਲ